ਆਪਣਾ ਰਫੀਕ ਓ ਯਾਰ ਕੀ ਮੈਨੂੰ ਬੁਲਾਈ ਜਾਂਦਾ ਨਾਉਣ ਨਹੀਂ ਦੇਣਾ ਯਾਰ ਅੱਛਾ ਗੱਲ ਸੁਣ ਜਦੋਂ ਮੈਂ ਵਾਪਸ ਆਵਾਂਗਾ ਨਾ ਮੈਂ ਤਿੰਨ ਦਫਾ ਪਹਿਲਾਂ ਉਂਗਲੀ ਦਾ ਦਰਵਾਜ਼ਾ ਖੜਕਾਵਾਂਗਾ 1 2 3 ਉਸ ਤੋਂ ਬਾਅਦ ਮੈਂ ਗਾਣਾ ਗਾਵਾਂਗਾ ਕੁੰਡੀ ਨਾ ਖੜਕਾ ਸੋਣਿਆ ਸਿੱਧਾ ਅੰਦਰ ਆ ਉਸ ਟਾਈਮ ਤੋਂ ਦਰਵਾਜ਼ਾ ਖੋਲੇਗਾ ਤੈਨੂੰ ਪਤਾ ਹੋਏਗਾ ਕਿ ਮੈਂ ਵਾਂ ਕੁੰਡੀ ਨਾ ਖੜਕਾ ਸੋਣਿਆ ਸਿੱਧਾ ਅੰਦਰ ਆ ਤੂੰ ਮੇਕਅਪ ਕਰਕੇ ਆਈ ਧਰਮੰਦਰ ਤੂੰ ਦੇ ਮੈਂ ਫੇਰ ਚਰਸ ਦਾ ਨਸ਼ਾ ਚਰਸੀਆ ਨੂੰ ਚਰਸੀਆ ਨਾ ਕਹਿ ਫਿਰ ਬੰਦੇ ਨੂੰ ਕਿਵੇਂ ਬਣ ਗਿਆ ਬਸ ਤੂੰ ਟੈਨਸ਼ਨ ਨਾ ਲੈ ਤੈਨੂੰ ਮੈਂ ਕਹਿੰਦਾ ਇਹ ਪੈਸਾ ਮਹਿਫੂਜ਼ ਆ ਤੂੰ ਟੈਨਸ਼ਨ ਨਹੀਂ ਲੈਣੀ ਨਾ ਦਰਵਾਜ਼ਾ ਖੋਲਣਾ ਮੈਂ ਜਿਹੜਾ ਦਰਵਾਜ਼ਾ ਖੜਕਾਏਗਾ ਉਹਦਾ ਮੈਂ ਸਿਰ ਖੋਲ ਦੇਣਾ ਭਾਵੇਂ ਤੂੰ ਹੋਏ ਟੈਨਸ਼ਨ ਨਾ ਲੈ ਦਰਵਾਜ਼ਾ ਬੰਦ ਮੈਂ ਤੈਨੂੰ ਮਨਾ ਕਰਕੇ ਗਿਆ ਸਾਂ ਦਰਵਾਜ਼ਾ ਨਹੀਂ ਖੋਲਣਾ ਫਿਰ ਖੋਲ ਦਿੱਤਾ ਐਵੇਂ ਹੀ ਖਾਬ ਵੇਖ ਰਿਹਾ ਜਾ ਕੰਮ ਕਰ ਜਾ ਕੇ ਭਾਜੀ ਮੈਂ ਦਰਵਾਜ਼ਾ ਦਰਵਾਜ਼ਾ ਨਹੀਂ ਖੋਲਣਾ ਹੈਗਾ ਮੇਰੇ ਮਾਲਕ ਨੇ ਕਿਹਾ ਕਿ ਅਲਮਾਰੀ 'ਚ 10 ਲੱਖ ਰੁਪਈਆ ਪਿਆ ਅਤੇ ਬੈਗ ਖਾਲੀ ਆ ਅਤੇ ਕਿਸੇ ਨੂੰ ਦੱਸਣਾ ਨਹੀਂ ਇੱਥੇ ਚੋਰੀਆਂ ਹੁੰਦੀਆਂ ਭਾਜੀ ਤੁਹਾਡੀ ਮਿਹਰਬਾਨੀ ਮੈਂ ਨਹੀਂ ਖੋਲਣਾ ਫਿਰ ਉਹ ਬਕਵਾਸ ਕਰੀ ਜਾ ਰਹੇ ਹਾਂ ਮੈਂ ਕਿਹਾ 10 ਲੱਖ ਦਾ ਨਹੀਂ ਦੱਸਣਾ ਅੱਛਾ ਅੱਛਾ ਤੇ ਤੂੰ ਬਾਹਰ ਕਿਉਂ ਖਾ ਪਾ ਰਿਹਾ ਫਿਰ ਚੱਲ ਬੰਦ ਕਰ ਤੂੰ ਮੇਰੀ ਗੱਲ ਸੁਣ ਜਦੋਂ ਮੈਂ ਆ ਕੇ ਗਾਣਾ ਗਾਵਾਂਗਾ ਨਾ ਯਾਦ ਰੱਖਣਾ ਹੈ ਜਦੋਂ ਮੈਂ ਗਾਣਾ ਗਾਵਾਂਗਾ ਉਦੋਂ ਦਰਵਾਜ਼ਾ ਖੋਲਣਾ ਕੁੰਡੀ ਨਾ ਖੜਕਾ ਜਦੋਂ ਗਾਣਾ ਗਾਵਾਂਗਾ ਕੁੰਡੀ ਨਾ ਖੜਕਾ ਸੋਣਿਆ ਸਿੱਧਾ ਅੰਦਰ ਆ ਹਏ ਇਹ ਸਿੱਧਾ ਕੀ ਕੀ ਆ ਤੂੰ ਬਲੇ ਮੈਨੂੰ ਇਹ ਦੱਸ ਦੂੰ ਤੂੰ ਬਸ ਯਾਰ ਤੂੰ ਹੁਣ ਦਰਵਾਜ਼ਾ ਖੋਲਿਆ ਕੋਈ ਚੰਗਾ ਲੱਗਦਾ ਕੋਈ ਬੰਦਾ ਵੜ ਜਾ ਚੱਲ ਜਾ ਕੰਮ ਕਰ ਜਾ ਬਸ ਮੈਂ ਜਾ ਰਿਹਾ ਦਰਵਾਜ਼ਾ ਨਾ ਖੋਲੀ ਹੁਣ ਅਸਲਾਮ ਅਲੈਕੁਮ ਵਾਲੇਕਮ ਸਲਾਮ ਜਨਾਬ ਕੀ ਹਾਲ ਹੈ ਕੀ ਹਾਲ ਹੈ ਸੇਠ ਸਾਹਿਬ ਜੀ ਮੈਂ ਠੀਕ ਠਾਕ ਤੇ ਮੇਰੇ ਹਾਰ ਦਾ ਕੀ ਬਣਿਆ ਉਹ ਅਸਲ 'ਚ ਸ਼ੌਕਤ ਸਾਹਿਬ ਤੁਹਾਡਾ ਹਾਰ ਜਿਹੜਾ ਮਸ਼ੀਨਿੰਗ ਹੈ ਅਤੇ ਉਹਦੇ 'ਚ ਜ਼ਰਾ ਟਾਈਮ 'ਚ ਲੱਗਦਾ ਹੈ ਨਾ ਅਤੇ ਤੁਹਾਡੇ ਨਾਲ ਕੱਲ੍ਹ ਵਾਅਦਾ ਕੀਤਾ ਸੀ ਹਾਰ ਦੇਣ ਦਾ ਅਤੇ ਇਨਸ਼ਾਅੱਲਾ ਹੁਣੇ ਹਾਰ ਆ ਜਾਂਦਾ ਹੈ ਦੇਖੋ ਸੇਠ ਸਾਹਿਬ ਮੈਂ ਕਿਸੇ ਦੂਸਰੇ ਨਹੀਂ ਜਾਣਦਾ ਮੇਰੀ ਗੱਲ ਤੁਹਾਡੇ ਨਾਲ ਹੋਈ ਹੈ ਆਪਣੇ ਪੈਸੇ ਲਓ ਅਤੇ ਹਾਰ ਮੈਨੂੰ ਦਿਓ ਦੇਖੋ ਜੀ ਪੈਸੇ ਦੀ ਕੋਈ ਐਸੀ ਗੱਲ ਨਹੀਂ ਹੈਗੀ ਅਸਲ 'ਚ ਉਹ ਸੋਹਣਾ ਸੁਨਿਆਰਾ ਹੈ ਨਾ ਬਸ ਬਸ ਸੇਠ ਸਾਹਿਬ ਮੈਨੂੰ ਹਾਰ ਦਿਓ ਤੁਹਾਨੂੰ ਕੀ ਪਤਾ ਇਸ ਹਾਰ ਦੀ ਵਜ੍ਹਾ ਤੋਂ 1 ਮਹੀਨੇ ਤੋਂ ਮੇਰੇ ਘਰ 'ਚ ਲੜਾਈ ਚੱਲ ਰਹੀ ਹੈ ਸ਼ਾਮ ਨੂੰ ਆਵਾਂਗਾ ਦੇਖੋ ਜੀ ਸ਼ਾਮ ਤੱਕ ਤਾਂ ਮੁਸ਼ਕਲ ਹੈ ਅਗਰ 2-3 ਕਾਰੀਗਰ ਕੰਮ ਕਰਨ ਤੇ 9-10 ਵਜੇ ਤੱਕ ਤਿਆਰ ਅਸਲਾਮੁਅਲੈਕੁਮ ਜੀ ਇਹ ਤੁਹਾਡੇ ਹਾਰ ਵਾਸਤੇ ਮੰਗਵਾਇਆ ਸੇਠ ਸਾਹਿਬ ਤੁਸੀਂ ਸਿਰਫ ਚਾਬਕ ਆ ਰਹੇ ਹੋ ਘੋੜਾ ਕਿੱਥੇ ਵੇ ਚਾਬਕ ਨਹੀਂ ਤਾਂਗਾ ਸਿਰਫ ਸਵਾਰੀ ਦੀ ਜ਼ਰੂਰਤ ਹੈ ਪਰ ਸਵਾਰੀ ਹੈ ਕਿੱਥੇ ਬਸ ਜਨਾਬ ਇੱਕ ਵਾਰੀ ਤਿਆਰ ਹੋ ਲੈਂਦੇ ਹੋ ਤੁਹਾਡੀ ਬੀਵੀ ਤੁਹਾਡੇ ਕੋਲੋਂ ਨਹੀਂ ਪਛਾਣੀ ਜਾਏਗੀ ਲੋਕੀ ਖਲੋ ਖਲੋ ਕੇ ਵੇਖਣਗੇ ਜਿਵੇਂ ਕੁਰਬਾਨੀ ਵਾਲੀ ਗਾਂ ਵੇਖਦੇ ਨੇ ਅੱਜ ਫੇਰ ਤੁਹਾਡੀਆਂ ਗੱਲਾਂ ਨੇ ਮੇਰਾ ਦਿਲ ਜਿੱਤ ਲਿਆ ਸ਼ਾਮ ਨੂੰ ਆਵਾਂਗਾ ਚੋਰੀ ਲੈਣੀ ਬੈਂਡ ਵਾਜਾ ਵੀ ਨਾਲ ਲੈ ਆਇਆ ਜੀ ਉਹ ਰਹਿਣ ਦਿਓ ਜੀ ਆ ਫੜੋ ਤੇ ਅਲਮਾਰੀ ਦੇ ਵਿੱਚ ਰੱਖੋ ਬਾਗ ਬਗੀਚੇ ਤੇ ਤੁਸੀਂ ਵੇਖ ਲੈਣ ਤੇ ਤੁਸੀਂ ਹੁਣ ਸ਼ਹਿਰ ਹੀ ਵੇਖੋਗੇ ਜੀ ਸ਼ਹਿਰ ਤੇ ਵੇਖ ਹੀ ਲਿਆ ਨਵਾਂ ਨਵਾਂ ਕਾਰੋਬਾਰ ਸ਼ੁਰੂ ਕਰ ਰਿਹਾ ਸਾਂ ਸੋਚਿਆ ਕਿ ਜ਼ਰਾ ਤਸੱਲੀ ਕਰ ਲਵਾਂ ਲਓ ਜੀ ਹੁਣ ਤੁਸੀਂ ਸ਼ਹਿਰ ਵਾਪਸ ਆਓਗੇ ਨਾ ਜੀ ਜੀ ਲਾਜ਼ਮੀ ਗੱਲ ਹੈ ਅੱਛਾ ਅਲਾ ਦਿੱਤੇ ਜੀ ਜਨਾਬ ਯਾਰ ਬਾਹਰਾਂ ਨੂੰ ਬਾਹਰੋਂ ਕੋਈ ਨਾ ਕੋਈ ਸਵਾਰੀ ਜਿਹੜੀ ਵੀ ਲੱਭੇ ਤੈਨੂੰ ਬਿਠਾ ਕੇ ਆਉਣਾ ਤੂੰ ਠੀਕ ਹੈ ਜੀ ਲਓ ਜੀ ਫਿਰ ਅੱਛਾ ਜੀ ਸ਼ੌਕਰ ਸਾਹਿਬ ਅੱਲਾ ਹਾਫਿਜ਼ ਚਲੋ ਜੀ
ਇਹ ਤੂੰ ਸਿਟੀ ਕਿਉਂ ਮਾਰ ਰਿਹਾ ਕੀ ਗੱਲ ਕੋਈ ਇਸ਼ਾਰਾ ਹੈ ਨਹੀਂ ਜਨਾਬ ਮੈਂ ਆਪਣੀ ਜੇਬ 'ਚ 100 ਰੁਪਏ ਤੋਂ ਜ਼ਿਆਦਾ ਨਹੀਂ ਰੱਖਦਾ ਖਤਰਾ ਰਹਿੰਦਾ ਖਤਰਾ ਤੇ ਹਰ ਜਗ੍ਹਾ ਤੇ ਘਰ ਵਿੱਚ ਰੱਖੋ ਤਾਂ ਖਤਰਾ ਜੇ ਬੈਂਕ ਵਿੱਚ ਰੱਖੋ ਤਾਂ ਖਤਰਾ ਇਹ ਘਰ 'ਚ ਕਿਉਂ ਖਤਰਾ ਰਹਿੰਦਾ ਚੋਰ ਵੇਖ ਲੈਂਦੇ ਨੇ ਅੱਛਾ ਤੇ ਬੈਂਕ 'ਚ ਕਿਉਂ ਖਤਰਾ ਗੌਰਮੈਂਟ ਵੇਖ ਲੈਂਦੀ ਹੈ ਮੈਂ ਪੈਸੇ ਦੋਵਾਂ ਜਗ੍ਹਾ 'ਤੇ ਨਹੀਂ ਰੱਖਦਾ ਬਸ ਜਨਾਬ ਜ਼ਮਾਨਾ ਬੜਾ ਖਰਾਬ ਆ ਗਿਆ ਪਤਾ ਨਹੀਂ ਸ਼ਹਿਰ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਰੂਪ ਦੇ ਵਿੱਚ ਚੋਰ ਫਿਰਦੇ ਨੇ ਨਹੀਂ ਨਹੀਂ ਨਾ ਨਾ ਨਹੀਂ ਮੈਂ ਚੋਰਾਂ ਕੋਲੋਂ ਨਹੀਂ ਡਰਦਾ ਵੇਖਣ 'ਚ ਮੈਂ ਐਵੇਂ ਹੀ ਲੱਗਣਾ ਅਗਲੇ ਦਿਨ ਦੀ ਗੱਲ ਹੈ ਮੈਨੂੰ 5-6 ਚੋਰਾਂ ਨੇ ਰੋਕ ਲਿਆ ਬਸ ਮੇਰੇ ਹੱਥ ਦਾ ਇੱਕ ਥੱਪੜ ਪੈ ਜਾਏ ਤੇ ਪਤਾ ਚੱਲ ਜਾਂਦਾ ਕਿ ਹੱਥ ਦਾ ਥੱਪੜ ਪੈ ਜਾਏ ਤੇ ਪਤਾ ਚੱਲ ਜਾਂਦਾ ਇਹ ਜਨਾਬ ਸਟਾਪ ਹੈ ਤੇ ਹੁਣ ਮੈਂ ਚੱਲਣਾ ਬਸ ਤੂੰ ਕਿੱਥੇ ਚੱਲਣਾ ਇਹ ਜਨਾਬ ਮੈਂ ਇਸ ਤਰ੍ਹਾਂ ਮੈਂ ਤੈਨੂੰ ਨਹੀਂ ਜਾਣ ਦਿਆਂਗਾ ਹੋਰ ਸਿੱਧੇ ਤੂੰ ਸੁਣਾ ਠੀਕ ਹੈ ਬਸ ਯਾਰ ਬਹਿਆ ਯਾਰ ਮੈਂ ਤੈਨੂੰ ਕੀ ਦੱਸਾਂ ਕੰਮ ਕਰਕੇ ਥੱਕ ਗਏ ਸੋਹਣਿਆ ਹੁਣ ਮੈਂ ਆਇਆ ਤੇਰੇ ਕੋਲ ਮੂਲੀਆਂ ਲੈਣ ਮੂਲੀਆਂ ਦੇ 2 ਕਿਲੋ ਯਾਰ ਮੂਲੀਆਂ ਤਾਂ ਨਹੀਂ ਗੀਆਂ ਮੂਲੀਆਂ ਤੇਰੇ ਕੋਲ ਹੁੰਦਾ ਕੀ ਨਾ ਤੇਰੀ ਸਿਹਤ ਹੁੰਦੀ ਨਾ ਤੇਰੇ ਕੋਲ ਮੂਲੀਆਂ ਹੁੰਦੀਆਂ ਮੂਲੀਆਂ ਨਹੀਂ ਗੀਆਂ ਕਿਉਂ ਨਹੀਂ ਹੈਗੀਆਂ ਯਾਰ ਮੰਡੀ ਨੇ ਮਿਲੀਆਂ ਇੱਧਰ ਆ ਤੂੰ ਮੰਡੀ ਕਿਹੜੀ ਜਾਂਦਾ ਸਬਜ਼ ਮੰਡੀ ਜਾਇਆ ਕਰ ਤੂੰ ਹੀਰਾ ਮੰਡੀ ਨਿਕਲ ਜਾਂਦਾ ਉੱਥੋਂ ਮੂਲੀਆਂ ਨਹੀਂ ਉੱਥੋਂ ਸਿਰਫ ਲੂਰੀਆਂ ਮਿਲਦੀਆਂ ਹੈ ਨਹੀਂ ਕਿਉਂ ਨਹੀਂ ਅੱਗੇ ਬਾਕਰਖਾਨੀ ਵਰਗਾ ਤੂੰ ਹੋ ਗਿਆ ਤੈਨੂੰ ਮੈਂ ਦੱਸਾਂ ਜਾ ਕੇ ਉੱਥੇ ਇੰਝ ਨਾ ਕਰਿਆ ਕਰ ਯਾਰ ਮੈਂ ਤੂੰ ਬੀਬੀ ਜੀ ਕੋ ਮੈਨੂੰ ਜਲੀਲ ਕਰਾਉਣਾ ਸਾਹਿਬ ਜੀ ਨੇ ਪਰਾਠੇ ਖਾਣੇ ਸੀ ਯਾਰ ਤੂੰ ਮੈਨੂੰ ਇੰਝ ਹੀ ਟੈਨਸ਼ਨਾਂ ਦੇ ਕੇ ਹੁਣ ਮੈਂ ਕੀ ਜਵਾਬ ਦੇਵਾਂਗਾ ਵੀ ਕਿੱਧਰ ਫਿਰਦੇ ਆ ਇਸ ਟਾਈਮ ਜੀ ਹੈ ਹੈਲੋ ਉਸਤਾਦ ਜੀ ਉਹ ਸਾਹਿਬ ਕੌਣ ਲੱਗਾ ਜਨਾਬ ਸਾਹਿਬ ਜੀ ਕੀ ਹਾਲ ਆ ਤੂੰ ਇੱਥੇ ਕੀ ਕਰ ਰਹੇ ਹੈ ਤੁਸੀਂ ਸਿਗਰਟ ਪੀ ਰਹੇ ਜੇ ਮੈਂ ਤੈਨੂੰ ਕਿਹਾ ਸੀ ਹੋਟਲ ਤੋਂ ਬਾਹਰ ਨਹੀਂ ਨਿਕਲਣਾ ਤਾਂ ਤੂੰ ਇੱਥੇ ਕੀ ਕਰ ਰਿਹਾ ਹੈ ਹੋਟਲ ਕਿਹੜਾ ਸਾਹਿਬ ਜੀ ਮੈਨੂੰ ਸਮਝ ਨਹੀਂ ਆ ਰਹੀ ਤੁਹਾਡੀ ਮੈਂ ਤੁਹਾਡਾ ਘਰ ਇੰਤਜ਼ਾਰ ਕਰ ਰਿਹਾ ਅਤੇ ਤੁਸੀਂ ਇੱਥੇ ਫਿਰ ਰਹੇ ਜੇ ਮੈਂ ਇੱਥੇ ਮੂਲੀਆਂ ਲੈਣ ਆਇਆ ਮੂਲੀਆਂ ਲੈਣ ਹਾਂਜੀ ਹੋਰ ਮੈਂ ਕੀ ਕੇਲੇ ਲੈਣ ਆਉਣੇ ਸੀ ਇਹ ਮੂਲੀਆਂ ਕੀ ਕਰਨੀਆਂ ਸੀ ਓਹੋ ਬੀਬੀ ਜੀ ਨੇ ਕਿਹਾ ਸੀ ਕਿ ਅੱਜ ਮੂਲੀਆਂ ਵਾਲੇ ਪਰਾਂਠੇ ਪਕਾਉਣੇ ਨੇ ਬਾਨੋ ਨੇ ਮੈਨੂੰ ਕਿਹਾ ਸੀ ਜਦੋਂ ਸਾਹਿਬ ਜੀ ਨਾਰਾਜ਼ ਹੁੰਦੇ ਨੇ ਉਦੋਂ ਬੀਬੀ ਜੀ ਸਾਹਿਬ ਜੀ ਨੂੰ ਮੂਲੀਆਂ ਵਾਲੇ ਪਰਾਂਠੇ ਬਣਾ ਕੇ ਦਿੰਦੇ ਨੇ ਅਤੇ ਸਾਹਿਬ ਜੀ ਖੁਸ਼ ਹੋ ਜਾਂਦੇ ਨੇ ਇਹ ਬੀਬੀ ਜੀ ਕੌਣ ਨੇ ਅਤੇ ਬਾਨੋ ਕੌਣ ਨੇ ਸਾਹਿਬ ਜੀ ਕੀ ਹੋ ਗਿਆ ਤੁਹਾਨੂੰ ਬੀਬੀ ਜੀ ਮੇਰੀ ਬੀਬੀ ਜੀ ਬਾਜੀ ਤੁਹਾਡੀ ਬੀਵੀ ਬਾਨੋ ਮੇਰੀ ਬੀਵੀ ਮੇਰੇ ਵਿਆਹ ਦੇ ਪੈਸੇ ਲੁੱਟਦੇ ਰਹੇ ਜੇ ਅੱਜ ਸਾਨੂੰ ਗੱਲਾਂ ਕਰ ਰਹੇ ਜੇ ਰਫੀਕ ਜੀ ਫੇਰ ਚਰਸ ਪੀ ਲਈ ਹਏ ਮੈਂ ਚਰਸ ਮੈਨੂੰ ਲੱਗਦਾ ਤੁਸੀਂ ਸ਼ਰਾਬ ਪੀ ਲਈ ਹੈ ਮੈਨੂੰ ਚਰਸ ਦਾ ਕਹੀ ਜਾਂਦੇ ਜਿਹੜੇ ਸਾਨੂੰ ਪਛਾਣਾ ਨਹੀਂ ਦੇ ਤੁਸੀਂ ਆਪਣੀ ਬਕਵਾਸ ਬੰਦ ਕਰ ਮੈਂ ਤੈਨੂੰ ਕਿਹਾ ਸੀ ਹੋਟਲ ਤੋਂ ਬਾਹਰ ਨਹੀਂ ਆਉਣਾ ਮੈਂ ਤੈਨੂੰ ਜਿਹੜਾ 10 ਲੱਖ ਰੁਪਈਆ ਦਿੱਤਾ ਸੀ ਉਹ ਕਿੱਥੇ ਵੇ ਹਏ 10 ਲੱਖ ਮੈਨੂੰ ਜਿੱਥੇ ਤੱਕ ਯਾਦ ਹੈ ਤੁਸੀਂ ਮੈਨੂੰ 7 ਸਾਲ ਪਹਿਲੇ 500 ਰੁਪਈਆ ਦਿੱਤਾ ਸੀ ਅਤੇ ਅਜੇ ਵੀ ਇਹਦਾ ਹਿਸਾਬ ਲੈਂਦੇ ਜੇ ਤੁਸੀਂ ਮੇਰੇ ਕੋਲ ਕਿਹੜਾ 10 ਲੱਖ ਕਹੀ ਜਾਂਦੇ ਜੇ ਹੋਸ਼ ਚਾਹ ਰਫੀਕ ਹੋਸ਼ ਚਾਹ ਠੀਕ ਹੈ ਇੰਨੀ ਹੋਸ਼ ਬੜੀ ਆ